नहीं मेरे यहाँ आलमोस्ट फड़े गए जी। जे कोई एक अद्धा रहिंदा होगा तो पुलिस बड़ी जोर शोर नाल फड़ रही है। असीं नहीं देखते रहने क्योंकि साडा पुलिस दा धंधा हैगा, असीं उहदे नाल जुड़े हुए हैं। रोज़ मैं देखदा टीवी अपना अखबार देखदा मोस्टली फड़े। मैं कोमल सिंह जगराओं तो आए हैं। मैं कैनेडा ब्रैम्पटन रहंदा सीगा जी। उत्थे पहली बारी मिलिया सीगा मूसे वाले बाई नूं ਤੇ 2017 ਦੇ ਵਿੱਚ। ਉਦੋਂ ਮਤਲਬ ਨਵੇਂ ਸ਼ੁਰੂ ਹੀ ਹੋਇਆ ਸੀ ਬਾਈ ਦਾ ਕੰਮ ਤੇ ਉਦੋਂ ਤੋਂ ਹੀ ਫੈਨ ਆ। ਤੇ ਜਦੋਂ ਡੈਥ ਬਾਰੇ ਪਤਾ ਲੱਗਿਆ ਬਹੁਤ ਬੁਰਾ ਲੱਗਿਆ ਜੀ। ਤੇ ਉਦੋਂ ਬਾਅਦ ਹੁਣ ਟਾਈਮ ਲੱਗਿਆ ਜੀ, ਹੁਣ ਆਏ ਆ ਪਿੰਡ ਬਾਈ ਦੇ ਕੋਠੀ ਵੀ ਜਾ ਕੇ ਆਏ ਆ। ਇੱਥੇ ਹੁਣ ਸਮਾਧ ਤੇ ਮੱਥਾ ਟੇਕਣ ਆਏ ਆ, ਬਾਈ ਨੂੰ ਯਾਦ ਕਰਦੇ ਆ। ਹਨਾ ਬਹੁਤ ਬੁਰਾ ਹੋਇਆ ਜੀ। ਤੁਹਾਨੂੰ ਕਿਵੇਂ ਲੱਗਦਾ? ਦੇਖੋ ਰਾਤ ਵੀਡੀਓ ਵੀ ਆਈ ਹੈ, ਜਿਹਨਾਂ ਦੇ ਕਾਤਲ ਸੀਗੇ ਉਹ ਇਸ ਤਰ੍ਹਾਂ ਹਥਿਆਰ ਲਲਕਾਰ ਰਹੇ ਆ, ਹੋਰ ਕਰ ਰਹੇ ਆ, ਖੁਸ਼ੀ ਮਨਾ ਰਹੇ ਸੀ। ਤੁਹਾਨੂੰ ਲੱਗਦਾ ਵੀ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਲੱਗਦੀ ਹੈ? ਸਥਿਤੀ ਤਾਂ ਜੀ ਬਿਲਕੁਲ ਬਹੁਤ ਖਰਾਬ ਆ ਜੀ। ਜੇ ਹਿਸਾਬ ਨਾਲ ਆਪਣੇ ਗੈਂਗਸਟਰ ਵੱਧ ਰਹੇ ਆ, ਨਿੱਤਰ ਕੋਈ ਨਾ ਕੋਈ ਕਾਂਡ ਹੁੰਦਾ ਨਾ, ਸਾਨੂੰ ਮਿਲਦਾ ਅਖਬਾਰਾਂ 'ਚ ਪੜ੍ਹਦੇ ਆ। ਸਥਿਤੀ ਤਾਂ ਬਹੁਤ ਖਰਾਬ ਆ, ਖਾਸ ਕਰਕੇ ਏਡੇ ਵੱਡੇ ਬੰਦੇ ਨੂੰ ਹੱਥੋਂ ਹੀ ਪਾ ਲੈਣਾ ਸ਼ਰੇਆਮ, ਹੈ ਨਾ। ਵੀਡੀਓ ਆਈਆਂ ਵਾ ਸ਼ਰੇਆਮ ਸੜਕ 'ਤੇ ਖੜ ਕੇ ਮਾਰ ਦੇਣਾ। ਹਾਲਾਤ ਤਾਂ ਬਹੁਤ ਖਰਾਬ ਨੇ ਜੀ। ਜਾਓਗੇ ਸਿੱਧੂ ਦੀ ਸਮਾਧ 'ਤੇ ਆਏ ਹੋ? ਸਿੱਧੂ ਦੀ ਸਮਾਧ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਸਿੱਧੂ ਸਾਡਾ ਮਤਲਬ ਇੱਕ ਫੈਨ ਨਹੀਂ ਸੀ, ਅਸੀਂ ਉਸਨੂੰ ਆਪਦਾ ਭਰਾ ਮੰਨਦੇ ਸੀ। ਅਸੀਂ ਜੇਕਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਨਸਾਫ ਲਵਾਂਗੇ। ਜੇਕਰ ਅਸੀਂ ਇੱਥੇ ਤੱਕ ਅਸੀਂ ਪਹੁੰਚ ਸਕਦੇ ਹਾਂ ਤਾਂ ਅਸੀਂ ਗਾਹਾਂ ਤੱਕ ਵੀ ਜਾਵਾਂਗੇ। ਸਾਨੂੰ ਇਨਸਾਫ ਦੀ ਮੰਗ। ਕਦੋਂ ਤੋਂ ਜੁੜੇ ਸੀ ਸਿੱਧੂ ਨਾਲ? ਕੀ ਸਿੱਧੂ ਮੂਸੇਵਾਲੇ ਦੇ ਵੈਸੇ ਤਾਂ ਸਾਡੇ ਏਰੀਏ ਦੀ ਬੰਦਾ ਇਹ, ਮਤਲਬ ਕਿ ਅਸੀਂ ਸ਼ੁਰੂ ਤੋਂ ਜੁੜੇ ਹੋਏ ਹਾਂ ਇਸ ਨਾਲ। ਪਹਿਲੇ ਗਾਣੇ ਤੋਂ ਹੀ ਅਸੀਂ ਸਟਾਰਟਿੰਗ ਤੋਂ ਨਾਲ ਜੁੜੇ ਹੋਏ ਹਾਂ। ਸਾਨੂੰ ਕੋਈ ਵੀ ਗਾਣਾ ਆਉਂਦਾ ਤਾਂ ਇੱਦਾਂ ਹੀ ਲੱਗਾ ਜੋ ਗਲਤ ਹੋਵੇ। ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗਾਣੇ ਸੀ ਇਹਨਾਂ ਦੇ।